ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਸੀੜੀਆਂ ਦੇ ਬਾਰੇ, ਸੀੜੀਆਂ ਦੇ ਉੱਪਰ ਮਾਰਬਲ ਵਗੈਰਾ ਅਤੇ ਰੇਲਿੰਗ ਦੀ ਗੱਲ ਕਰਾਂਗੇ, ਜੋ ਉਸਦੇ ਟੋਟਲ ਕੋਸਟ ਬਾਰੇ ਗੱਲ ਕਰਾਂਗੇ ਸਿੱਧੀ ਮੇਨ ਜੀ ਆ। ਅਤੇ ਕਿਉਂਕਿ ਜਦੋਂ ਵੀ ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ, ਨਵਾਂ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਹਾਂ, ਤਾਂ ਪਹਿਲਾਂ ਉਸਦੇ ਕੋਸਟ ਬਾਰੇ, ਅਮਾਊਂਟ ਬਾਰੇ ਜਾਣਦੇ ਹਾਂ ਵੀ ਇੱਕ ਟੋਟਲ ਕਿੰਨਾ ਖਰਚਾ ਆਏਗਾ। ਸੋ ਇਹੋ ਇਹ ਜਿਹੜੀ ਵੀਡੀਓ ਹੈ ਇਸ 'ਤੇ ਡਿਪੈਂਡ ਵਾ ਕਿ ਆਪਾਂ ਅੱਜ ਸੀੜੀਆਂ ਦੇ ਬਾਰੇ ਗੱਲ ਕਰਾਂਗੇ। 6 ਫੁੱਟ ਦੀ ਸੀੜੀ ਆ, 6 ਫੁੱਟ ਦਾ ਇੱਕ ਸਟੈਪ ਵਾ, ਟੋਟਲ 15-16 ਸਟੈਪ ਚੜ੍ਹੇ ਹੋਏ ਨੇ 8-9 ਫੁੱਟ ਹਾਈਟ ਦੇ ਉੱਪਰ, ਔਰ ਮਾਰਬਲ ਵਗੈਰਾ ਉਸਦੇ ਉੱਪਰ ਲੱਗਾ ਹੋਇਆ ਵਧੀਆ ਤਰੀਕੇ ਦੇ ਨਾਲ, ਪਲਸਤਰ ਹੋਇਆ ਸਾਰਾ ਉਸਨੂੰ, ਅਤੇ ਰੇਲਿੰਗ ਵੀ ਲੱਗੀ ਹੋਈ ਹੈ ਸਾਰੀ ਉਸਦੀ। ਸੋ ਉਸਦੇ ਬਾਰੇ ਗੱਲ ਕਰਾਂਗੇ, ਟੋਟਲ ਉਸਦਾ ਜਿਹੜਾ ਖਰਚਾ ਹੈ, ਕੋਸਟ ਕਿੰਨਾ ਨਿਕਲਦਾ ਹੈ। ਅਤੇ ਵੀਡੀਓ ਦੇ ਲਾਸਟ ਤੱਕ ਬਣੇ ਕਰੋ, ਐਂਡ ਤੱਕ ਵੀਡੀਓ ਨੂੰ ਜ਼ਰੂਰ ਵਾਚ ਕਰਿਓ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਅਤੇ ਵੀਡੀਓ ਸ਼ੁਰੂ ਕਰਦੇ ਹਾਂ ਜੀ, ਐਂਡ ਤੱਕ ਜ਼ਰੂਰ ਦੇਖਿਓ ਜੀ। ਓਕੇ, ਇਹ ਜੀ ਉਹ ਸੀੜੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ। ਇਸ ਦੇ ਖਰਚੇ ਦੀ ਗੱਲ ਕਰੀਏ, ਕੋਸਟ ਦੀ ਗੱਲ ਕਰੀਏ, ਤਾਂ ਇਸ ਦੇ ਖਰਚਾ ਜਿਹੜਾ ਉਹ 55-60 ਹਜ਼ਾਰ ਰੁਪਈਆ ਆ ਚੁੱਕਾ ਹੈ, ਮੋਟਾ ਜਿਹਾ ਖਰਚਾ। ਔਰ ਇਸ ਦੀ ਸਲੈਬ ਜੋ ਕੰਕਰੀਟ ਕੀਤੀ ਗਈ ਨੀਚੇ, ਇਸ ਦੇ ਸਟੀਲ ਪਾਇਆ ਗਿਆ, ਇਸ ਦੇ ਅੰਦਰ ਸੀਮਟ, ਰੇਤ, ਕ੍ਰੈਸ਼ਰ, ਜਿੰਨੀ ਵੀ ਹੈ ਲੇਬਰ, ਸਾਰਾ ਇਹ ਟੋਟਲ ਜਿਹੜਾ ਅਮਾਊਂਟ ਹੈ ਇਸਦਾ 60 ਹਜ਼ਾਰ ਰੁਪਏ ਤੱਕ ਆ ਚੁੱਕਾ ਹੈ। ਅਤੇ ਇਹ ਜਿਹੜਾ ਤੁਸੀਂ ਮਾਰਬਲ ਉੱਪਰ ਲੱਗਾ ਦੇਖ ਰਹੇ ਹੋ, ਬਹੁਤ ਹੀ ਵਧੀਆ ਮਾਰਬਲ ਵਾ, ਗ੍ਰੇਨਾਈਟ ਮਾਰਬਲ। ਔਰ ਇਸ ਦੀ ਜਿਹੜੀ ਮੋਲਡਿੰਗ ਵਾ ਉਹ ਫਲੈਟ ਰੱਖੀ ਗਈ ਆ, ਇਸ ਦੇ ਅੰਦਰ ਇਹ ਪੱਟੀ ਜਿਹੜੀ ਉਹ ਦਿੱਤੀ ਗਈ ਆ, ਉਹ ਮਤਲਬ ਬਹੁਤ ਹੀ ਵਧੀਆ ਰੰਗਦਾਰ ਪੱਟੀ ਆ, ਕਲਰ ਨੇ। ਔਰ ਇਹ ਜਿਹੜੀ ਰੇਲਿੰਗ ਵਾ ਇਹ ਵੀ ਬਹੁਤ ਵਧੀਆ, ਜੇ ਸਿੰਪਲੀ ਰੇਲਿੰਗ ਲਗਾਈ ਗਈ ਹੈ। ਇਸ ਦਾ ਹੀ ਜਿਹੜਾ ਖਰਚਾ ਉਸ ਰੇਲਿੰਗ ਦਾ ਸਿਰਫ ਉਹ 15,000 ਰੁਪਇਆ ਆ ਚੁੱਕਾ ਹੈ, ਦੋਨੋਂ ਤਰਫਾਂ ਰੇਲਿੰਗ ਲੱਗੀ ਹੋਈ ਆ, ਅਤੇ ਅਜੇ ਹੈ ਵੀ ਸਿੰਪਲ ਆ, ਸਿਰਫ ਇਸ ਦੇ ਅੰਦਰ ਇਹ ਸਟੀਲੀ ਪਾਈਪ ਹੀ ਦਿੱਤੇ ਗਏ ਨੇ। ਔਰ ਇਹ ਵਾਲਾ ਜਿਹੜਾ ਤੁਸੀਂ ਪਿੱਲਰ ਦੇਖ ਰਹੇ ਹੋ ਸਟੀਲੀ, ਇਸ ਦੀ ਜਿਹੜੀ ਆ ਮਸ਼ੀਨੀ ਕਢਾਈ ਕੀਤੀ ਗਈ ਆ ਸਿਰਫ, ਹੋਰ ਕੁਛ ਨਹੀਂ ਇਸ ਨੂੰ, ਕੋਈ ਜਾਂ ਸ਼ੀਸ਼ਾ ਵਗੈਰਾ ਜਾਂ ਕੋਈ ਕੱਚ ਵਗੈਰਾ ਕੁਛ ਨਹੀਂ ਲੱਗਾ, ਸਿਰਫ ਇਹ ਸਿੰਪਲ ਇੱਕ ਸਟੀਲ ਦੀ ਹੀ ਰੇਲਿੰਗ ਬਣੀ ਹੋਈ ਆ, ਜਿਸ ਦੇ ਉੱਪਰ ਟੋਟਲ 15,000 ਰੁਪਇਆ ਸਾਡਾ ਖਰਚ ਜਿਹੜਾ ਉਹ ਆ ਚੁੱਕਾ ਹੋਇਆ। ਠੀਕ ਆ ਜੀ, ਦੇਖਣ ਦੇ ਵਿੱਚ ਬਹੁਤ ਹੀ ਵਧੀਆ ਲੱਗਦੀ ਆ, ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਮਤਲਬ ਤਿਆਰ ਕੀਤੀ ਗਈ ਆ, ਕੋਈ ਇਸ ਦੇ ਵਿੱਚ ਕੋਈ ਮਤਲਬ ਵੈਲਡਿੰਗ ਦਾ ਕੋਈ ਨਿਸ਼ਾਨ ਜਾਂ ਕੋਈ ਕਟਰ ਗ੍ਰੈਂਡਰ ਦਾ ਕੋਈ ਨਿਸ਼ਾਨ ਨਹੀਂ ਨਜ਼ਰ ਆਉਂਦਾ, ਬਹੁਤ ਹੀ ਵਧੀਆ ਦੇਖਣ ਦੇ ਵਿੱਚ ਲੱਗਦੀ ਆ। ਔਰ ਇਸ ਦਾ ਜਿੰਨਾ ਵੀ ਇਹ ਮਾਰਬਲ ਲੱਗਾ ਹੋਇਆ ਬਹੁਤ ਹੀ ਵਧੀਆ ਵਾ ਮਾਰਬਲ ਵੀ, ਔਰ ਕਾਫੀ 170-180 ਰੁਪਏ ਫੁੱਟ ਇਹ ਜਿਹੜਾ ਮਾਰਬਲ ਮਿਲਿਆ ਹੋਇਆ ਹੈ। ਔਰ ਇਸ ਦੇ ਆ ਦੇਖ ਸਕਦੇ ਹੋ ਤੁਸੀਂ ਅੱਗੇ, ਬਿਲਕੁਲ ਸਿੰਪਲ ਆ ਇਹ ਜਿਹੜੇ ਪਾਈਪ ਨੇ ਇਸ ਦੇ ਸਟੀਲੀ, ਸਿਰਫ ਸੁਰਾਗ ਮਾਰ ਕੇ ਦੀਵਾਰ ਦੇ ਵਿੱਚ, ਹੋਲ ਮਾਰ ਕੇ ਸਿਰਫ ਦੀਵਾਰ ਦੇ ਵਿੱਚ ਹੀ ਦਿੱਤੇ ਹੋਏ ਨੇ, ਅੱਗੇ ਕੋਈ ਪਿੱਲਰ ਨਹੀਂ ਲਗਾਇਆ ਹੋਇਆ। ਔਰ ਜਿੰਨੀ ਵੀ ਇਹ ਮਤਲਬ ਸੀੜੀ ਆ ਬਹੁਤ ਹੀ ਮਜ਼ਬੂਤੀ ਦੇ ਨਾਲ ਤਿਆਰ ਕੀਤੀ ਗਈ ਆ, 55-60 ਹਜ਼ਾਰ ਰੁਪਈਆ ਇਸ ਦਾ ਖਰਚਾ ਆ ਚੁੱਕਾ ਹੈ, ਲੇਬਰ ਵੀ ਤੁਹਾਨੂੰ ਪਤਾ ਹੈ ਜੀ ਕਾਫੀ ਪੈ ਜਾਂਦੀ ਆ। ਅਤੇ ਵਧੀਆ ਲੱਗੇ ਵੀਡੀਓ ਤਾਂ ਜ਼ਰੂਰ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਠੀਕ ਹੈ ਜੀ, ਓਕੇ, ਥੈਂਕ ਯੂ, ਅਗਲੀ ਵੀਡੀਓ ਨਾਲ ਫਿਰ ਮਿਲਦੇ ਹਾਂ। ਓਕੇ ਜੀ, ਥੈਂਕ ਯੂ ਵੈਰੀ ਮੱਚ।